ਹਿਮਾਚਲ ਪੰਜਾਬ ਕੀ ਪਰਿਵਾਰ ਸਾਡਾ, ਅਸੀਂ ਲੜਨਾ ਨਹੀਂ ਪਾਉਣਾ ਪਿਆਰ ਹਿੱਕਾਂ ਨਾਲ ਬਈ। ਹਿਮਾਚਲ ਦੇ ਵਿੱਚ ਘੁੰਮਣ ਗਏ ਪੰਜਾਬ ਦੇ ਸੈਲਾਨੀਆਂ ਨਾਲ ਜਿੱਥੇ ਲਗਾਤਾਰ ਕੁੱਟਮਾਰ ਦੇ ਮਾਮਲੇ ਸਾਹਮਣੇ ਆ ਰਹੇ ਨੇ, ਉੱਥੇ ਹੀ ਹੁਣ ਦੋਵਾਂ ਰਾਜਾਂ ਦੇ ਵਿੱਚ ਪਿਆਰ ਦਾ ਸੰਦੇਸ਼ ਦਿੰਦਾ ਹੋਇਆ ਇੱਕ ਗੀਤ ਇੱਕ ਨੌਜਵਾਨ ਦੇ ਵੱਲੋਂ ਹੁਣ ਗਾਇਆ ਗਿਆ। ਤਾਂ ਦੱਸ ਦਈਏ ਕਿ ਇਸ ਗੀਤ ਦੇ ਜੋ ਬੋਲ ਨੇ ਉਸਦੇ ਵਿੱਚ ਕਿਹਾ ਗਿਆ, ਹਿਮਾਚਲ ਪੰਜਾਬ ਕੀ ਪਰਿਵਾਰ ਸਾਡਾ, ਅਸੀਂ ਲੜਨਾ ਨਹੀਂ ਪਾਉਣਾ ਪਿਆਰ ਹਿੱਕਾਂ ਨਾਲ ਬਈ। ਤਾਂ ਦੱਸ ਦਈਏ ਕਿ ਇਸ ਗੀਤ ਨੂੰ ਗਾਇਆ ਯੂਐਸ ਐਚ ਆਰ ਸਿੰਗਰ ਨੇ ਅਤੇ ਨਾਲ ਹੀ ਇਸ ਗੀਤ ਨੂੰ ਯੂਟਿਊਬ ਦੇ ਉੱਤੇ ਰਿਲੀਜ਼ ਕੀਤਾ ਗਿਆ। ਤਾਂ ਕਲਾ ਰਿਕਾਰਡ ਦੇ ਬੈਨਰ ਹੇਠਾਂ ਇਸ ਗੀਤ ਨੂੰ ਰਿਕਾਰਡ ਕੀਤਾ ਗਿਆ, ਜੋ ਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਵੀ ਹੋ ਰਿਹਾ ਹੈ। ਤਾਂ ਦੱਸ ਦਈਏ ਕਿ ਸਭ ਤੋਂ ਪਹਿਲਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਸੀ, ਜਿੱਥੇ ਕਿ ਅੰਮ੍ਰਿਤਸਰ ਤੋਂ ਇੱਕ NRI ਕਪਲ ਜੋ ਹੈ ਉਹ ਡਲਹੌਜ਼ੀ ਦੇ ਵਿੱਚ ਘੁੰਮਣ ਦੇ ਲਈ ਗਿਆ ਸੀ। ਉੱਥੇ ਜਦੋਂ ਕਾਰ ਨੂੰ ਪਾਰਕ ਕਰ ਰਹੇ ਸੀ ਤਾਂ ਉਸ ਸਮੇਂ ਸਭ ਤੋਂ ਪਹਿਲਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਕਿ ਕੁਝ ਹਿਮਾਚਲ ਦੇ ਲੋਕਾਂ ਦੇ ਵੱਲੋਂ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਹਾਲਾਂਕਿ ਉਹ ਮਾਮਲਾ ਤੂਲ ਫੜਦਾ ਜਿੱਥੇ ਲਗਾਤਾਰ ਵੱਧਦਾ ਜਾ ਰਿਹਾ ਸੀ, ਉੱਥੇ ਹੀ ਹੋਰ ਵੀ ਪੰਜਾਬੀਆਂ ਦੀਆਂ ਗੱਡੀਆਂ ਉੱਥੇ ਤੋੜ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਲਗਾਤਾਰ ਦੋਵਾਂ ਰਾਜਾਂ ਦੇ ਵਿਚਕਾਰ ਤਕਰਾਰ ਵਧੀ ਅਤੇ ਹਿਮਾਚਲ ਦੇ CM ਸੁੱਖੂ ਦੇ ਵੱਲੋਂ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ। ਉੱਥੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਵੀ ਜਾ ਕੇ ਅੰਮ੍ਰਿਤਸਰ ਦੇ NRI ਕਪਲ ਦੇ ਨਾਲ ਮੁਲਾਕਾਤ ਕੀਤੀ ਸੀ, ਉਹਨਾਂ ਦਾ ਹਾਲ ਚਾਲ ਜਾਣਿਆ ਸੀ ਅਤੇ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਇੱਕ ਜਾਂਚ ਟੀਮ ਵੀ ਬਣਾ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਹੁਣ ਇਸ ਲਗਾਤਾਰ ਮਾਮਲੇ ਦੇ ਤੂਲ ਫੜਨ ਤੋਂ ਬਾਅਦ ਗੀਤ ਸਾਹਮਣੇ ਆਇਆ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਮਾਨਸਾ ਦਾ ਇੱਕ ਨੌਜਵਾਨ ਜਦੋਂ ਮਨੀਕਰਨ ਸਾਹਿਬ ਦੇ ਵਿੱਚ ਗਿਆ ਸੀ ਤਾਂ ਉੱਥੇ ਇੱਕ ਨਿੱਜੀ ਬੱਸ ਚਾਲਕ ਦੇ ਨਾਲ ਉਸਦੀ ਬਹਿਸ ਹੋ ਜਾਂਦੀ ਹੈ, ਜਿਸ ਤੋਂ ਬਾਅਦ ਹਥਿਆਰ ਤੱਕ ਕੱਢ ਲਏ ਜਾਂਦੇ ਨੇ। ਹਾਲਾਂਕਿ ਇਹ ਵੀ ਮਾਮਲਾ ਸਾਹਮਣੇ ਆਇਆ ਸੀ, ਪਰ ਹੁਣ ਇਹ ਗੀਤ ਜੋ ਹੈ ਇੱਕ ਵਾਰ ਫਿਰ ਤੋਂ ਸਾਹਮਣੇ ਆਇਆ, ਜੋ ਕਿ ਦੋਵਾਂ ਰਾਜਾਂ ਦੇ ਆਪਸੀ ਪਿਆਰ ਅਤੇ ਆਪਸੀ ਸੰਬੰਧ ਨੂੰ ਸੁਧਾਰਨ ਦੇ ਵਿੱਚ ਕਾਫੀ ਮਦਦ ਕਰੇਗਾ। ਦੱਸ ਦਈਏ ਕਿ ਇਸ ਗੀਤ ਨੂੰ ਯੂਐਸ HR ਦੇ ਵੱਲੋਂ ਗਾਇਆ ਗਿਆ ਅਤੇ ਕਲਾ ਰਿਕਾਰਡ ਦੇ ਬੈਨਰ ਹੇਠਾਂ ਇਸ ਨੂੰ ਰਿਲੀਜ਼ ਕੀਤਾ ਗਿਆ। ਤਾਂ ਦੱਸ ਦਈਏ ਕਿ ਗੀਤ ਦਾ ਨਾਮ ਹੈ ਹਿਮਾਚਲ ਵਰਸਿਸ ਪੰਜਾਬ। ਇਹ ਗੀਤ ਉਸ ਸਮੇਂ ਸਾਹਮਣੇ ਆਇਆ ਜਦੋਂ ਪੰਜਾਬ ਦੇ ਸੈਲਾਨੀ ਵੱਡੀ ਗਿਣਤੀ ਦੇ ਵਿੱਚ ਹਿਮਾਚਲ 'ਚ ਘੁੰਮਣ ਦੇ ਲਈ ਜਾ ਰਹੇ ਨੇ। ਉੱਥੇ ਕਈ ਹਿਮਾਚਲ ਦੇ ਜੋ ਸ਼ਰਾਰਤੀ ਲੋਕ ਨੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਉਹਨਾਂ ਦੀ ਗੱਡੀਆਂ ਦੀ ਭੰਨ ਤੋੜ ਕੀਤੀ ਜਾ ਰਹੀ ਹੈ। ਹਾਲਾਂਕਿ ਹਿਮਾਚਲ ਦੀ ਇੱਕ ਟੈਕਸੀ ਯੂਨੀਅਨ ਦੇ ਵੱਲੋਂ ਪੰਜਾਬ ਦੀ ਟੈਕਸੀ ਯੂਨੀਅਨ ਦੇ ਨਾਲ ਗੱਲਬਾਤ ਕੀਤੀ ਗਈ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇਕਰ ਉਹਨਾਂ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਉਹਨਾਂ ਦੇ ਨਾਲ ਗੱਲਬਾਤ ਕਰਨ, ਉਹ ਕਿਸੇ ਨੂੰ ਵੀ ਕੋਈ ਵੀ ਆਂਚ ਨਹੀਂ ਆਉਣ ਦੇਣਗੇ। ਅਤੇ ਇਸ ਤੋਂ ਬਾਅਦ ਹੁਣ ਇਹ ਗੀਤ ਸਾਹਮਣੇ ਆਇਆ ਜਿਸ ਨੂੰ ਕਿ ਯੂਐਸ HR ਸਿੰਗਰ ਦੇ ਵੱਲੋਂ ਗਾਇਆ ਗਿਆ। ਸਬਸੇ ਪਹਿਲੇ ਤੋਂ ਮੈਂ ਇਹ ਇੱਕ ਸਭੀ ਜਨਤਾ ਸੇ ਅਪੀਲ ਕਰਨਾ ਚਾਹੂੰਗਾ ਕਿ ਜਿਤਨੇ ਵੀ ਲੋਕ ਪੰਜਾਬ ਔਰ ਹਿਮਾਚਲ ਕੇ ਇਸ ਗਾਣੇ ਕੋ ਦੇਖੇਂਗੇ ਸੁਣੇਂਗੇ, ਇਸਕੇ ਨਾਮ ਪੇ ਨਾ ਜਾਏ, ਇਸਕੇ ਪੋਸਟਰ ਪੇ ਨਾ ਜਾਏ, ਇਸ ਗਾਣੇ ਕੋ ਧਿਆਨ ਸੇ ਸੁਣੇ। ਇਸਕੀ ਇੱਕ ਇੱਕ ਲਾਈਨ ਸੁਣਨੇ ਵਾਲੀ ਹੈ, ਇੱਕ ਇੱਕ ਲਾਈਨ ਮੇਂ ਹਮਨੇ ਇਤਨਾ ਪਿਆਰ ਦੇਣੇ ਕੀ ਕੋਸ਼ਿਸ਼ ਕੀ ਹੈ ਕਿ ਭਾਈਚਾਰਾ ਹਮਾਰਾ ਐਸੇ ਹੀ ਮੇਨਟੇਨ ਰਹੇ। ਹਮ ਵੀ ਹਿਮਾਚਲ ਸੇ ਚੰਡੀਗੜ੍ਹ ਜਾਤੇ ਹੈ, ਪੰਜਾਬ ਜਾਤੇ ਹੈ, ਪੰਜਾਬ ਵਾਲੇ ਵੀ ਇਧਰ ਆਏ ਦਿਨ ਆਤੇ ਹੈ ਘੁੰਮਣੇ ਫਿਰਨੇ। ਤੋ ਹਮਾਰੀ ਇੱਕ ਹੀ ਕੋਸ਼ਿਸ਼ ਥੀ ਕਿ ਇਹ ਦੋਨੋਂ ਜੋ ਸਟੇਟਸ ਹੈ ਇਹ ਮਿਲ ਕੇ ਰਹੇ, ਹਮ ਭਾਰਤ ਕਾ ਹਿੱਸਾ ਹੈ, ਹਮ ਕੋਈ ਆਪਣਾ ਹਮ ਪੰਜਾਬ ਜਾਂ ਹਮ ਹਿਮਾਚਲ ਅਲੱਗ ਅਲੱਗ ਕੁਛ ਨਹੀਂ ਹੈ, ਹਮ ਏਕ ਹੈ, ਹਮ ਏਕ ਹੀ ਰਹਿਣੇ ਚਾਹੀਏ। ਇਹ ਛੋਟੀ ਸੀ ਚੀਜ਼ੋਂ ਕੇ ਪਿੱਛੇ ਇਤਨਾ ਬੜਾ ਜੋ ਮੁੱਦੇ ਬਣ ਰਹੇ ਹੈ, ਜੈਸੇ ਕਿ ਫੇਸਬੁੱਕ ਮੇਂ ਕੁਛ ਲੋਕ ਇਸਕਾ ਫਾਇਦਾ ਉਠਾ ਰਹੇ ਹੈ, ਤੋ ਉਸ ਪੇ ਵੀ ਮੈਂ ਬੋਲੂੰਗਾ ਕਿ ਉਨ ਖਬਰੋਂ ਪੇ ਧਿਆਨ ਨਾ ਦਿਆ ਜਾਏ ਤਾਂ ਕਿ ਹਮਾਰਾ ਭਾਈਚਾਰਾ ਐਸੇ ਹੀ ਬਣਾ ਰਹੇ। ਕਾਫੀ ਦਿਨਾਂ ਤੋਂ ਆਪਾਂ ਖਬਰ ਦੇਖ ਰਹੇ ਹਾਂ, ਹਫ਼ਤਾ 10 ਦਿਨ ਤੋਂ ਮੈਂ ਦੇਖ ਰਿਹਾ ਸੀਗਾ ਕਿ
ਟੈਕਸੀ ਯੂਨੀਅਨ ਦੇ ਵਿੱਚ ਕਾਫੀ ਫਾਈਟਸ ਹੋ ਰਹੀਆਂ ਸੀਗੀਆਂ, ਪੰਜਾਬ ਤੋਂ ਗੱਡੀਆਂ ਇੱਧਰ ਆ ਰਹੀਆਂ, ਇੱਧਰਲੇ ਬੰਦੇ ਲੜ ਰਹੇ ਆ ਜਾਂ ਇੱਧਰੋਂ ਗੱਡੀਆਂ ਉੱਧਰ ਜਾ ਰਹੀਆਂ ਨੇ, ਉੱਧਰ ਬੰਦੇ ਲੜ ਰਹੇ, ਜਿਹਦੇ ਕਰਕੇ ਜਿਹੜੇ ਨੋਰਮਲ ਪੈਸੈਂਜਰਸ ਵੀ ਹੁੰਦੇ ਸੀਗੇ ਗੱਡੀਆਂ ਦੇ ਵਿੱਚ, ਅਤੇ ਆਪਸ 'ਚ ਕਾਫੀ ਲੜਾਈਆਂ ਹੋ ਰਹੀਆਂ ਸੀਗੀਆਂ ਚੀਜ਼ਾਂ ਨੂੰ ਲੈ ਕੇ, ਛੋਟੀ ਛੋਟੀ ਚੀਜ਼ਾਂ ਨੂੰ ਲੈ ਕੇ, ਜਿਸ ਕਰਕੇ ਕਾਫੀ ਮੁੱਦਾ ਉੱਠ ਰਿਹਾ ਸੀਗਾ, ਵਾਇਲੈਂਸ ਜੀ ਕ੍ਰੀਏਟ ਹੋ ਰਹੀ ਸੀਗੀ। ਇਸ 'ਚ ਜਿਹੜੀ ਮੇਰੀ ਹੁੱਕ ਲਾਈਨ ਆ ਗਾਣੇ ਦੀ, ਉਹਦੇ 'ਚ ਮੈਂ ਬੋਲਿਆ ਕਿ ਹਿਮਾਚਲ ਪੰਜਾਬ ਕੀ ਪਰਿਵਾਰ ਸਾਡਾ, ਅਸੀਂ ਲੜਨਾ ਨਹੀਂ ਪਾਉਣਾ ਪਿਆਰ ਹਿੱਕਾਂ ਨਾਲ ਬਈ। ਅਤੇ ਇਹਦੇ 'ਚ ਸਿਰਫ ਇੱਕ ਪਿਆਰ ਦੀ ਗੱਲ ਕੀਤੀ ਜਾ ਰਹੀ ਹੈ ਕਿ ਚਾਹੇ ਹਿਮਾਚਲ ਹੈ ਚਾਹੇ ਆਪਣਾ ਪੰਜਾਬ ਹੈ, ਉਹ ਪਰਿਵਾਰ ਹੈ। ਇਹ ਤਾਂ ਸਾਰਿਆਂ ਨੂੰ ਪਤਾ ਕਿ ਪੂਰੇ ਜਿੰਨੇ ਵੀ ਟੂਰਿਸਟਰਸ ਨੇ ਇੱਥੇ ਆਉਂਦੇ ਨੇ ਘੁੰਮਣ ਵਾਸਤੇ, ਅਤੇ ਸਾਡੇ ਇੱਥੇ ਦੇ ਕਾਫੀ ਲੋਕ ਜਿਹੜੇ ਬੰਦੇ ਨੇ ਆਪਣੇ ਕੰਮ ਲਈ ਥੱਲੇ ਜਾਂਦੇ ਨੇ ਆਪਣਾ ਪੰਜਾਬ ਨੂੰ। ਸੋ ਇਹ ਭਾਈਚਾਰਾ ਸ਼ੁਰੂ ਤੋਂ ਅਸੀਂ ਦੇਖਦੇ ਆ ਰਹੇ ਹਾਂ, ਅਤੇ ਇੱਕ ਛੋਟੀ ਜਿਹੀ ਗੱਲ ਕਰਕੇ ਇਹ ਵਿਗੜਨਾ ਨਹੀਂ ਚਾਹੀਦਾ। ਦੇਖੋ ਜੀ, ਮੈਂ ਤਾਂ ਆਪਣਾ ਪਰਸਪੈਕਟਿਵ ਰੱਖਿਆ, ਸਾਡੀ ਪੂਰੀ ਟੀਮ ਕਲਾ ਰੈਕਡਸ ਨੇ ਆਪਣਾ ਜਿਹੜਾ ਸਾਡਾ ਕੋਨਸੈਪਟ ਹੈ ਅਸੀਂ ਅੱਗੇ ਰੱਖਿਆ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਿਹੜਾ ਸਾਡਾ ਇਹ ਮੈਸੇਜ ਹੈ ਸਾਰੇ ਲੋਕਾਂ ਤੱਕ ਜਾਵੇ, ਸਾਰੇ ਡਰਾਈਵਰਸ ਤੱਕ ਜਾਵੇ, ਸਾਰੇ ਨੋਰਮਲ ਪੈਸੈਂਜਰਸ ਤੱਕ ਜਾਵੇ। ਬਾਕੀ ਸਿੱਖਣਾ ਨਾ ਸਿੱਖਣਾ ਉਹਨਾਂ ਦੀ ਜਿਹੜੀ ਹੈਗੀ ਆਪਣੀ ਮੈਂਟੈਲਿਟੀ ਹੈ, ਅਸੀਂ ਆਪਣੇ ਵੱਲੋਂ ਆਪਣਾ ਕੰਮ ਕੀਤਾ।